ਕਿ ਮੇਰਾ ਇਹਨਾਂ 1,25,000 ਰੁਪਇਆ ਬਿੱਲ ਆਇਆ। ਅਸੀਂ ਬੇਨਤੀ ਕਰਦੇ ਹਾਂ ਵੀ ਸਾਨੂੰ ਜੋ ਕਿ ਇੰਨਾ ਬਿੱਲ ਆਇਆ ਇਹ ਸਾਡਾ ਮਾਫ਼ ਕੀਤਾ ਜਾਵੇ। ਅਤੇ ਕਮਰਿਆਂ ਦੇ ਵਿੱਚ 9-9 ਵਾਟ ਦੇ ਬਲਬ ਲਾਏ ਨੇ, ਕੋਈ ਏਸੀ ਨਹੀਂ, ਕੋਈ ਏਸੀ ਨਹੀਂ, ਕੋਈ ਕੁਛ ਨਹੀਂ ਗਈ ਜੀ। ਠੇਕੇਦਾਰ ਦੀ ਅਣਗਹਿਲੀ ਨੇ ਇੱਕ ਦਿਹਾੜੀ ਮਜ਼ਦੂਰੀ ਕਰਨ ਵਾਲੇ ਗਰੀਬ ਨੂੰ 1,25,000 ਰੁਪਏ ਦੀ ਬਿਪਤਾ ਪਾ ਦਿੱਤੀ ਹੈ, ਉਹ ਵੀ ਬਿਜਲੀ ਬਿੱਲ ਦੇ ਰੂਪ ਚ। ਘਰ ਚ 2 ਬਲਬ ਨੇ, 1 ਪੱਖਾ ਹੈ, ਉਹ ਵੀ ਸਰਦੀ ਕਾਰਨ ਬੰਦ ਖੜਾ ਹੈ, ਪਰ ਇਸ ਦੇ ਬਾਵਜੂਦ ਵੀ ਗਰੀਬ ਪਰਿਵਾਰ ਨੂੰ 1,25,000 ਦਾ ਬਿਜਲੀ ਬਿੱਲ ਭੇਜਿਆ ਗਿਆ। ਤੇ ਮੇਰਾ ਇਹਨਾਂ 1,25,000 ਰੁਪਇਆ ਬਿੱਲ ਆਇਆ। ਜਦੋਂ ਬਿੱਲ ਆਇਆ, ਬਿੱਲ ਵੇਖ ਕੇ ਮੇਰੀ ਹੋਸ਼ ਉੱਡ ਗਏ। ਮੈਨੂੰ ਤਾਂ ਰਾਤ ਨੀਂਦ ਵੀ ਨਹੀਂ ਆਈ ਵੀ ਮੈਂ ਬਿੱਲ ਕਿੱਥੋਂ ਦੇਵਾਂਗਾ, ਮੇਰੀ ਇੰਨੀ ਹੈਸ਼ੀਅਤ ਨਹੀਂ, ਮੈਂ ਮਿਹਨਤ ਮਜ਼ਦੂਰੀ ਕਰਨ ਵਾਲਾ ਬੰਦਾ। ਮੇਰੇ ਘਰ ਦੇ ਵਿੱਚ ਕੁਛ ਨਹੀਂ ਜੀ, 2 ਕਮਰੇ ਨੇ ਅਤੇ ਕਮਰਿਆਂ ਦੇ ਵਿੱਚ 9-9 ਵਾਟ ਦੇ ਬਲਬ ਲਾਏ ਨੇ, ਕੋਈ ਏਸੀ ਨਹੀਂ, ਕੋਈ ਏਸੀ ਨਹੀਂ, ਕੋਈ ਕੁਛ ਨਹੀਂ ਗਈ ਜੀ। ਅਤੇ ਮਾਮਲਾ ਫਿਰੋਜ਼ਪੁਰ ਦੇ ਪਿੰਡ ਆਸਨ ਢੋਟਾ ਦਾ ਹੈ, ਜਿੱਥੋਂ ਦੇ ਬਗੀਚਾ ਸਿੰਘ ਮੁਤਾਬਕ ਉਸ ਦੇ ਘਰ 'ਚ ਕੋਈ ਵੀ ਅਜਿਹਾ ਉਪਕਰਨ ਨਹੀਂ ਜੋ 1,25,000 ਰੁਪਏ ਦੀ ਬਿਜਲੀ ਖਾ ਜਾਵੇ। ਬਗੀਚਾ ਸਿੰਘ ਦਾ ਇਲਜ਼ਾਮ ਹੈ ਕਿ ਠੇਕੇਦਾਰ ਨੇ ਮੀਟਰਾਂ ਦੀਆਂ ਤਾਰਾਂ ਪੁੱਠੀਆਂ ਸਿੱਧੀਆਂ ਲਾ ਦਿੱਤੀਆਂ, ਜਿਸ ਕਾਰਨ ਕਿਸੇ ਹੋਰ ਦੇ ਬਿੱਲ ਕਿਸੇ ਹੋਰ ਨੂੰ ਭੁਗਤਾਉਣੇ ਪੈ ਰਹੇ ਨੇ। ਸਾਨੂੰ ਇਹ ਤਾਂ ਹਾਲੇ ਤੱਕ ਤਾਂ ਕੋਈ ਉਮੀਦ ਨਹੀਂ ਵੀ ਮਾਫ਼ ਹੋਏਗਾ, ਅਸੀਂ ਤਾਂ ਇਸ ਕਰਕੇ ਹੀ ਰਿਕੁਐਸਟ ਕਰ ਰਹੇ ਹਾਂ ਵੀ ਸਾਨੂੰ ਇਹ ਮਾਫ਼ ਕੀਤਾ ਜਾਵੇ। ਫਿਰ ਇਹ ਜਦੋਂ ਮੈਨੂੰ ਬਿੱਲ ਆਇਆ ਅਤੇ ਮੈਂ ਜਾ ਕੇ ਅਤੇ ਉੱਥੇ ਸਾਡੇ ਹਰਿਹਰ ਚੌਕ ਜਾ ਕੇ ਮਿਲਿਆ, ਉੱਥੇ ਕੋਈ ਮੈਨੂੰ ਬੰਦਾ ਨਹੀਂ ਮਿਲਿਆ, ਫਿਰ ਨਹੀਂ ਮਿਲਿਆ ਜੀ, ਕੋਈ ਨਹੀਂ, ਨਾ ਕੋਈ ਸੁਣਦਾ ਨਾ ਕੋਈ ਮਿਲਿਆ। ਅਤੇ ਫਿਰ ਉਸ ਤੋਂ ਬਾਅਦ ਹੈਲਪਲਾਈਨ 'ਤੇ ਵੀ ਮੈਂ ਦਰਖਾਸਤ ਕੀਤੀ ਹੈ, ਪਰ ਉਹਦਾ ਵੀ ਮੈਨੂੰ ਕੋਈ ਹੰਗਾਰਾ ਨਹੀਂ ਮਿਲਿਆ। ਹੁਣ ਕੀ ਮੰਗ ਹੈ ਤੁਹਾਡੀ? ਮੇਰੀ ਮੰਗ ਇਹ ਆ ਵੀ ਬੇਨਤੀ ਕਰਦਾ ਵੀ ਇਹ ਮੇਰਾ ਬਿੱਲ ਮਾਫ਼ ਕੀਤਾ ਜਾਏ, ਅਤੇ ਬਹੁਤ ਮਿਹਰਬਾਨੀ ਹੋਵੇਗੀ। ਅਤੇ ਜਿਹੜੇ ਕਿ ਆਪਣਾ ਜਿਸ ਤਰ੍ਹਾਂ ਸਰਕਾਰਾਂ ਕਹਿ ਰਹੀਆਂ ਨੇ ਵੀ ਅਸੀਂ ਇਹਨਾਂ ਉਹ ਇੰਨੇ ਇਹਨਾਂ ਪੋਸਟਰ ਲਾ ਕੇ ਅਤੇ ਉਹਨਾਂ ਦੇ ਪਿੱਛੇ ਕਹਿੰਦੇ ਇਹਨਾਂ ਇਹ ਮਾਫ਼ ਕਰਤੇ, ਇੰਨੇ ਮਾਫ਼ ਕਰਤੇ ਨੇ, ਪਰ ਸਾਨੂੰ ਜਦੋਂ ਮਾਫ਼ ਨਹੀਂ ਹੋ ਰਿਹਾ ਤਾਂ ਅਸੀਂ ਕਿਵੇਂ ਮੰਨਾਂਗੇ। ਅਤੇ ਇਸ ਕਰਕੇ ਅਸੀਂ ਬੇਨਤੀ ਕਰਦੇ ਹਾਂ ਵੀ ਸਾਨੂੰ ਜੋ ਕਿ ਇੰਨਾ ਬਿੱਲ ਆਇਆ ਇਹ ਸਾਡਾ ਮਾਫ਼ ਕੀਤਾ ਜਾਵੇ। ਅਤੇ ਪਿੰਡ ਵਾਸੀਆਂ ਨੇ ਉਹ ਬਕਸੇ ਵੀ ਦਿਖਾਏ ਜਿਸ ਵਿੱਚ ਮੀਟਰ ਲੱਗੇ ਹੋਏ ਨੇ, ਜਿਸ ਨੂੰ ਦੇਖ ਕੇ ਪਿੰਡ ਵਾਸੀ ਖੁਦ ਸਮਝ ਨਹੀਂ ਪਾਉਂਦੇ ਕਿ ਕਿਹੜੀ ਤਾਰ ਕਿੱਥੇ ਲੱਗੀ ਹੈ ਅਤੇ ਕਿਹੜਾ ਕਿਸ ਦਾ ਮੀਟਰ ਹੈ। ਲਿਹਾਜ਼ਾ ਲੋਕਾਂ ਨੂੰ ਮੁਫ਼ਤ ਬਿਜਲੀ ਦੇ ਦੌਰ 'ਚ ਲੱਖਾਂ ਰੁਪਏ ਦੇ ਬਿੱਲ ਭਰਨੇ ਪੈ ਰਹੇ ਨੇ। ਹੁਣ ਇਸ ਨੂੰ ਅਣਗਹਿਲੀ ਕਹੋ ਜਾਂ ਫਿਰ ਠੇਕੇਦਾਰਾਂ ਦੀ ਗੈਰ ਯੋਗਤਾ, ਪਰ ਇੰਨਾ ਜ਼ਰੂਰ ਹੈ ਕਿ ਕਿਸੇ ਹੋਰ ਦੇ ਕਿੱਤੇ ਦਾ ਖਾਮਿਆਸਾ ਕਿਸੇ ਦੂਜੇ ਨੂੰ ਭਰਨਾ ਪੈ ਰਿਹਾ। ਫਿਰੋਜ਼ਪੁਰ ਤੋਂ ਪਰਮਜੀਤ ਸਖਾਣਾ, ਸੈਂਟਰਲ ਪੰਜਾਬ TV।